ਸਤਿ ਸ਼੍ਰੀ ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੈਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਦੀ ਵੀਡੀਓ ਬਹੁਤ ਪਿਆਰੇ ਜੇ ਕਲਰ, ਡਿਜ਼ਾਈਨ, ਪ੍ਰਿੰਟ ਬਹੁਤ ਸੋਹਣੇ ਸੋਹਣੇ ਜੇ ਲੈ ਕੇ ਆਏ ਤੁਹਾਡੇ ਵਾਸਤੇ। ਪ੍ਰਾਈਸ ਹੈ ਕਹਿੰਦੇ ਜੇ ਸੂਟਾਂ ਦਾ 1800 2000 ਦੀ ਰੇਂਜ ਵਾਲੇ ਸੂਟ ਨੇ, ਅਤੇ ਸਾਰੀ 1500 ਦੇ ਪ੍ਰਾਈਸ ਦੇ ਵਿੱਚ ਅੱਜ ਤੁਹਾਨੂੰ ਅਸੀਂ ਦੇਵਾਂਗੇ। ਸ਼ਿਪਿੰਗ ਚਾਰਜਿਸ ਅਲੱਗ ਤੋਂ ਰਹਿਣਗੇ ਜੀ, ਕਿਉਂਕਿ ਅਸੀਂ ਸੂਟਾਂ ਦੇ ਵਿੱਚ ਹੀ ਤੁਹਾਨੂੰ ਕਾਫੀ ਜ਼ਿਆਦਾ ਡਿਸਕਾਊਂਟ ਦੇ ਦਿੰਦੇ ਹਾਂ, ਤਾਂ ਕਰਕੇ ਸ਼ਿਪਿੰਗ ਸਾਨੂੰ ਵਾਰ ਵਾਰ ਕਹਿ ਕੇ ਨਾਪਵਾਉਣੀ ਪਵੇ। ਜਦੋਂ ਵੀ ਤੁਸੀਂ ਸੂਟ ਦੀ ਪੇਮੈਂਟ ਕਰਵਾਉਣੀ ਹੋ ਤਾਂ ਨਾਲ ਦੀ ਨਾਲ ਪੇਮੈਂਟ ਸ਼ਿਪਿੰਗ ਚਾਰਜਿਸ ਵੀ ਜ਼ਰੂਰ ਪਾਇਆ ਕਰੋ, ਇਹ ਰਿਕੁਐਸਟ ਆ ਤੁਹਾਡੇ ਵਾਸਤੇ। ਠੀਕ ਹੈ ਜੀ, ਅਤੇ ਨੰਬਰ ਹੋਊਗਾ 8283-8283-81 ਨੰਬਰ ਆ, ਇਸ 'ਤੇ ਤੁਸੀਂ ਮੈਨੂੰ ਸਕਰੀਨਸ਼ੋਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ। ਜੋ ਵੀ ਅੱਜ ਦੀ ਵੀਡੀਓ 'ਚ ਤੁਹਾਨੂੰ ਸੂਟ ਪਸੰਦ ਹੋਇਆ, ਪਹਿਲਾਂ ਸੂਟ ਖੋਲਦੇ ਹਾਂ। ਸਟੱਫ ਬਹੁਤ ਜ਼ਿਆਦਾ ਫਾਈਨ ਆ, ਬ੍ਰੈਂਡਡ ਪੀਸ ਮਿਲਣਗੇ ਜੀ ਸਾਰੇ, ਅਲੱਗ ਅਲੱਗ ਬ੍ਰੈਂਡ ਦੇਵਾਂਗੇ ਤੁਹਾਨੂੰ। ਇਹ ਹੈਗਾ ਜੀ AK ਬ੍ਰੈਂਡ ਦਾ ਸੂਟ, ਬਹੁਤ ਪਿਆਰਾ ਸਟੱਫ ਆ, ਵਿਦਾਊਟ ਮਤਲਬ ਲਾਈਨਿੰਗ ਬਣਨ ਵਾਲਾ ਸਟੱਫ ਹੈ, ਇਹ ਪਿਓਰ ਕੋਟਨ ਦਾ ਸੂਟ ਆ ਵਿਦਾਊਟ ਲਾਈਨਿੰਗ। ਇਹਦੇ ਨਾਲ ਤੁਹਾਨੂੰ 3 ਮੀਟਰ ਦੀ ਸਲਵਾਰ ਮਿਲੇਗੀ, ਠੀਕ ਹੈ। ਦੁਪੱਟਾ ਮਿਲੇਗਾ ਜੀ ਪਿਓਰ ਮਸਲੀਨ ਦਾ, ਫਰੰਟ ਬੈਕ ਦੋਨੋਂ ਹੀ ਇਹਦੇ ਪ੍ਰਿੰਟ ਰਹਿਣਗੇ, ਦੁਪੱਟਾ ਵੀ ਬਹੁਤ ਪਿਆਰਾ ਲੰਮਾ ਚੌੜਾ। ਇਹ 1800 ਵਾਲੇ ਪ੍ਰਾਈਸ ਦੇ ਸੂਟ ਨੇ ਜਿਹੜੇ ਅਸੀਂ ਅੱਜ ਤੁਹਾਨੂੰ ਅੱਜ 1500 ਦੇ ਵਿੱਚ ਦੇਵਾਂਗੇ, ਅਤੇ ਸ਼ਿਪਿੰਗ ਅਲੱਗ ਤੋਂ ਤੁਹਾਨੂੰ ਦੇਣੀ ਪਏਗੀ। ਨੈਕਸਟ ਸੂਟ ਦਿਖਾਉਂਦੇ, ਜ਼ਿਆਦਾਤਰ ਸੂਟ ਤੁਹਾਨੂੰ ਫੋਟੋ 'ਚ ਹੀ ਸ਼ੋਅ ਹੋ ਜਾਣਗੇ, ਜਿੱਦਾਂ ਇਹ ਮੈਂ ਖੋਲਿਆ ਸੂਟ ਤਾਂ ਸੇਮ ਉੱਦਾਂ ਹੀ ਬਣਿਆ ਹੋਇਆ। AK ਬ੍ਰੈਂਡ ਦਾ ਸੂਟ ਆ ਜੀ, ਅਤੇ ਇਹ ਵੀ ਸੂਟ ਬਹੁਤ ਪਿਆਰਾ ਹੈ। ਕਿਸੇ ਵਿੱਚ ਤੁਹਾਨੂੰ ਸਿੰਗਲ ਕਲਰ ਮਿਲਣਗੇ, ਅਤੇ ਕੋਈ ਤੁਹਾਨੂੰ ਮਿਲ ਜਾਏਗਾ ਸੈੱਟ ਵਾਈਜ਼ ਸੂਟ। ਸਟੱਫ ਤਾਂ ਬਹੁਤ ਸੋਹਣਾ ਹੈ, ਕਲਰ ਦੇਖੋ ਕਿੰਨਾ ਪਿਆਰਾ, ਦੁਪੱਟਾ ਉਸ ਤੋਂ ਵੀ ਜ਼ਿਆਦਾ ਪਿਆਰਾ। ਦੇਖੋ ਦੁਪੱਟੇ ਲੰਮੇ ਚੌੜੇ ਜੀ, ਮਸਲੀਨ ਦੇ ਦੁਪੱਟੇ ਰਹਿਣਗੇ, ਕੁਛ ਇੱਦਾਂ ਦੀ ਲੁੱਕ ਹੈ ਜੀ, ਠੀਕ ਹੈ, ਪਿਓਰ ਕੋਟਨ ਦੇ ਵਿਦਾਊਟ ਲਾਈਨਿੰਗ, ਕਿਉਂਕਿ ਕੋਟਨ ਦੇ ਸੂਟਾਂ ਨੂੰ ਵੀ ਅੱਜ ਕੱਲ੍ਹ ਤਾਂ ਲਾਈਨਿੰਗ ਲੱਗਦੀ ਹੈ। ਤੁਸੀਂ ਜਿਹੋ ਜਿਹਾ ਮਰਜ਼ੀ ਸੂਟ ਲੈ ਲਓ, ਘੱਟ ਰੇਂਜ ਵੱਧ ਰੇਂਜ ਵਾਲਾ ਦੇਖੋ ਪ੍ਰਿੰਟ ਕਿੰਨਾ ਸੋਹਣਾ, ਪਰ ਜਿਹੜਾ ਸੂਟ ਵਿਦਾਊਟ ਲਾਈਨਿੰਗ ਹੁੰਦਾ ਉਹ ਅਸੀਂ ਵੀਡੀਓ ਤੁਹਾਨੂੰ ਵਾਰ ਵਾਰ ਦੱਸਦੇ ਹਾਂ। ਦੇਖੋ ਜੀ ਸੂਟ ਬਹੁਤ ਸੋਹਣੇ ਸੂਟ ਨੇ, ਕਿਸੇ ਨੇ ਸੰਧਾਰੇ 'ਚ ਦੇਣੇ ਹੁੰਦੇ ਆ, ਹੁਣ ਜਿੱਦਾਂ ਸਾਉਣ ਦਾ ਸੰਧਾਰਾ ਆਏਗਾ ਤਾਂ ਉਹਦੇ ਵਿੱਚ ਵੀ ਬਹੁਤ ਪਿਆਰੇ ਸੂਟ ਆ, ਜਿਹਨੂੰ ਵੀ ਦਿਓਗੇ ਸਟਿੱਚ ਕਰਵਾ ਕੇ ਹੀ ਪਾਉਣਗੇ, ਜਿਨ੍ਹਾਂ ਨੇ ਇਸ ਰੇਂਜ 'ਚ ਦੇਣੇ ਆ, ਬਾਕੀ ਹਰ ਇੱਕ ਦਾ ਆਪਣਾ ਬਜਟ ਹੁੰਦਾ। ਸਟੱਫ ਵਾਈਜ਼ ਬਹੁਤ ਸੋਹਣੇ ਸੂਟ ਨੇ, ਪ੍ਰਿੰਟ ਵੀ ਬਹੁਤ ਪਿਆਰੇ ਆ, 3-3 ਮੀਟਰ ਦੀਆਂ ਸਲਵਾਰਾਂ ਦੇ ਨਾਲ। ਇਹਦੇ ਨਾਲ ਤੁਹਾਨੂੰ ਦੁਪੱਟਾ ਕੰਟਰਾਸਟ ਮਿਲੇਗਾ ਪਿਓਰ ਮਸਲੀਨ ਦਾ, ਬਾਕੀ ਤੁਹਾਨੂੰ ਫੋਟੋ 'ਚ ਦਿਖਾ ਦਿੰਦੇ ਹਾਂ। ਇੱਦਾਂ ਹੀ ਪੋਲਕਾ ਡੋਟਸ ਵਾਲੇ ਸੂਟ ਰਹਿਣਗੇ ਇਹ ਸਾਰੇ, ਠੀਕ ਹੈ ਜੀ। ਮਤਲਬ ਸਟੱਫ ਦੇਖ ਕੇ ਰੂਹ ਖੁਸ਼ ਹੁੰਦੀ ਹੈ। ਜਿਹੜੇ 1500 ਵਾਲੇ ਤੁਹਾਨੂੰ ਅੱਜ 1500 ਵਾਲੀ ਰੇਂਜ 'ਚ ਦੇ ਰਹੇ ਹਾਂ ਸਾਰੇ ਸੂਟ, ਇਹ ਸਭ ਤੋਂ ਫਸਟ ਖੋਲਿਆ ਸੀਗਾ ਜਿਹੜਾ, ਉਹਦੇ ਵਿੱਚ ਕਲਰ ਆਪਸ਼ਨ ਹੈ, ਠੀਕ ਹੈ। ਸੇਮ ਹੀ ਦੁਪੱਟਾ ਰਹੇਗਾ ਜੀ, ਇਹ ਸੂਟ ਵੀ ਮੈਂ ਤੁਹਾਨੂੰ ਦਿਖਾ ਚੁੱਕੀ, ਇਹਦੀ ਫੋਟੋ ਬਾਅਦ 'ਚ ਹੁਣ ਦਿਖਾ ਰਹੀ ਹਾਂ। ਪਿਓਰ ਕੋਟਨ ਦਾ ਸੂਟ ਆ, ਪਿਓਰ ਕੋਟਨ, ਕਲਰ ਪ੍ਰਿੰਟ ਦੇਖ ਲਓ ਸੂਟ ਦਾ। ਇਹ ਹੈਗੀ ਆ ਜੀ ਬੈਕ ਸਾਈਡ, ਠੀਕ ਹੈ, ਇਹ ਬੈਕ ਸਾਈਡ ਆ ਪ੍ਰਿੰਟ। ਇਹ ਸਲਵਾਰ ਆਏਗੀ 3 ਮੀਟਰ ਦੀ, ਇਹ ਰਹੇਗਾ ਸੂਟ ਦਾ ਫਰੰਟ,
ਇੱਦਾਂ ਹੈਗਾ ਜੀ ਫਰੰਟ ਸੂਟ ਦਾ, ਇੱਕ ਏਅਰ ਆ ਗਿਆ, ਠੀਕ ਹੈ। ਸਟੱਫ ਬਹੁਤ ਸੋਹਣਾ ਹੈ, ਇਹ ਬਾਜੂ ਆ ਗਿਆ ਅਤੇ ਇਹਦੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ। 2000 ਵਾਲਾ ਸੂਟ ਹੈ ਜੀ ਇਹ, ਪਿਓਰ ਸ਼ਫੋਨ ਦਾ ਬਹੁਤ ਸੋਹਣਾ ਦੁਪੱਟਾ। ਇਹ 2000 ਵਾਲਾ ਸੂਟ ਤੁਹਾਨੂੰ 1500 'ਚ ਦੇ ਰਹੇ ਹਾਂ। ਇਹਦੇ ਵਿੱਚ ਕਲਰ ਦੇਖ ਲਓ, ਕਲਰ ਬਹੁਤ ਸੋਹਣੇ ਸੋਹਣੇ ਆ, ਸਾਰੇ ਬ੍ਰਾਂਡਡ ਪੀਸ ਮਿਲਣਗੇ। ਇਹਦੇ ਨਾਲ ਆ ਜਾਏਗੀ ਇਹ ਲਾਈਟ ਗ੍ਰੇ ਜੀ, ਇਹ ਜੋ ਪੱਟੀ ਲੱਗੀ ਹੋਈ ਆ, ਇਸ ਆਫ ਵਾਈਟ ਜਿਹਾ ਸ਼ੇਡ ਆ। ਇੱਕ ਆ ਜਾਏਗਾ ਜੀ ਹਲਕਾ ਜਿਹਾ ਲੈਮਨ ਜਿਹਾ ਸ਼ੇਡ ਆ, ਗ੍ਰੀਨ ਸਟੋਨ 'ਤੇ ਪਿਸਤਾ ਕਲਰ। ਸੇਮ ਹੀ ਸਟੱਫ ਦੇ ਵਿੱਚ ਪ੍ਰਿੰਟ ਚੇਂਜ ਆ, ਪਿਓਰ ਦੇ ਦੁਪੱਟਿਆਂ ਦੇ ਨਾਲ ਨਹੀਂ ਸੂਟ ਇਹ। ਫਰੰਟ ਬੈਕ ਤੁਹਾਨੂੰ ਦੋਨੋਂ ਹੀ ਪ੍ਰਿੰਟ ਮਿਲਣਗੇ। ਇਹ ਹੈਗਾ ਜੀ ਘੇਰਾ, ਇੱਦਾਂ ਹੀ ਬੈਕ ਦਾ ਘੇਰਾ, ਪਲੇਨ ਸਲਵਾਰ ਇਹਦੇ ਨਾਲ ਵੀ, ਪਿਓਰ ਦੇ ਦੁਪੱਟੇ ਆ, ਦੁਪੱਟੇ ਵੀ ਲੰਮੇ ਚੌੜੇ ਮਿਲ ਜਾਣਗੇ। ਦੇਖੋ ਦੁਪੱਟਾ ਕਿੰਨਾ ਸੋਹਣਾ ਹੈ। ਇਹ ਤੁਹਾਨੂੰ ਕਲਰ 3 ਅਤੇ 4 ਕਲਰ ਨੇ ਜੀ ਇਹਦੇ ਵਿੱਚ, ਚਾਰੋਂ ਹੀ ਕਲਰ ਬਹੁਤ ਸੋਹਣੇ, ਲਾਈਟ ਲਾਈਟ ਜਿਹੇ ਸ਼ੇਡ ਆ ਸਾਰੇ, ਠੀਕ ਹੈ ਜੀ। ਮਸਲੀਨ ਦਾ ਸੂਟ ਦੇ ਰਹੇ ਹਾਂ ਤੁਹਾਨੂੰ, 2000 ਪ੍ਰਾਈਸ ਵਾਲਾ, 1500 ਦੇ ਵਿੱਚ। ਇਹ ਹੈਗਾ ਮਸਲੀਨ ਦੇ ਉੱਪਰ, ਕਿਉਂਕਿ ਗਰਮੀ ਹੁਣ ਤਕਰੀਬਨ ਇਹੀ ਮਹੀਨਾ ਜ਼ਿਆਦਾਤਰ ਤਾਂ ਹੁਣ ਜਿਹੜਾ ਚੱਲ ਰਿਹਾ ਜੁਲਾਈ, ਅਗਸਤ 'ਚ ਚਲੋ ਮੌਸਮ ਫਿਰ ਵੀ ਚੇਂਜ ਲੱਗ ਜਾਂਦਾ ਹੁਣ, ਠੀਕ ਹੈ ਜੀ। ਇਹ ਹੈਗਾ ਮਸਲੀਨ ਦਾ ਹੀ ਦੁਪੱਟਾ, ਇਹਦੇ ਨਾਲ ਮਸਲੀਨ ਦੀ ਉਹ ਸਲਵਾਰ ਆ, ਮਸਲੀਨ ਦਾ ਸੂਟ ਆ ਸਾਰਾ ਹੀ ਇਹ। ਤੇਰੇ ਵੀ ਤੁਹਾਨੂੰ ਕਲਰ 2 ਮਿਲ ਜਾਣਗੇ, ਦੋਨੋਂ ਹੀ ਕਲਰ ਬਹੁਤ ਸੋਹਣੇ ਜਿਹੇ ਆ, ਥੋੜ੍ਹਾ ਬ੍ਰਾਈਟ ਜਿਹਾ ਚਾਰਟ ਇਹ। ਨੈਕਸਟ ਸੂਟ ਫਿਰ ਤੋਂ ਪਿਓਰ ਦੇ ਦੁਪੱਟੇ ਦੇ ਨਾਲ ਆ, ਇਹ ਪਿਓਰ ਕਾਟਨ ਆ, ਇਹਨੂੰ ਤੁਸੀਂ ਕੁੜਤਾ ਸਟਾਈਲ ਬਣਾ ਸਕਦੇ ਹੋ, ਸਲਵਾਰ ਸੂਟ ਬਣਾ ਸਕਦੇ ਹੋ, ਤੁਹਾਡੀ ਚੋਇਸ ਆ। ਇਹ ਪਿਓਰ ਕਾਟਨ ਦਾ ਸਟੱਫ ਹੈ ਜੀ, ਇਹ ਹੈਗੀ ਇਹਦੀ ਸਲਵਾਰ, ਸੇਮ ਹੀ ਪ੍ਰਿੰਟ ਦੇ ਵਿੱਚ ਆ, ਅਤੇ ਪਿਓਰ ਦਾ ਹੈਗਾ ਇਹਦਾ ਦੁਪੱਟਾ 4 ਸਾਈਡ ਪੇਸਟਿੰਗ ਦੇ ਨਾਲ। ਇਹ ਹੈਗੀ ਹੈ ਜੀ ਸ਼ਰਟ ਮਸਲੀਨ ਦੀ, ਠੀਕ ਹੈ। ਨੈਕ ਦੇ ਉੱਪਰ ਬਹੁਤ ਪਿਆਰਾ ਵਰਕ ਹੈ, ਇਹਦੀ ਸਲਵਾਰ ਐਕਸਟਰਾ ਪੀਸ ਕੱਟਿਆ ਹੋਇਆ ਵਿੱਚੋਂ, 2.5 ਮੀਟਰ ਦੀ ਕੱਟ ਹੈ ਇਹ। ਸਟੱਫ ਸੇਮ ਹੀ ਰਹੇਗਾ, ਪ੍ਰਿੰਟ ਸੇਮ ਰਹੇਗਾ, ਪਿਓਰ ਦਾ ਦੁਪੱਟਾ। ਇਹ ਜਿਹੜੀ ਤੁਹਾਨੂੰ ਮੈਂ ਪਹਿਲਾਂ ਦਿਖਾਏ ਹਾਂ ਪਿਓਰ ਕਾਟਨ ਵਾਲੇ ਸੂਟ, ਉਹਨਾਂ ਵਿੱਚ ਇੱਕ ਪ੍ਰਿੰਟ ਹੋਰ ਆ ਬਹੁਤ ਸੋਹਣਾ, ਪ੍ਰਿੰਟ ਸਾਰੇ ਬਹੁਤ ਸੋਹਣੇ ਆ ਇਹ ਵਾਲੇ ਸਟੱਫ ਦੇ ਉੱਪਰ। ਇੱਦਾਂ ਹੀ ਬੈਕ 'ਤੇ ਰਹੇਗਾ, ਅਤੇ ਸਲਵਾਰ ਹੈਗੀ ਆ ਜੀ ਇਹ ਵਾਲੀ, ਇਹਦੇ ਨਾਲ ਪਿਓਰ ਦੇ ਹੈਗੇ ਨੇ ਲੰਮੇ ਚੌੜੇ ਜਿਹੇ ਦੁਪੱਟੇ। ਪ੍ਰਾਈਸ ਹੈਗਾ ਅੱਜ ਦੀ ਵੀਡੀਓ ਦਾ 1500, ਸ਼ਿਪਿੰਗ ਚਾਰਜਿਸ ਅਲੱਗ ਤੋਂ ਰਹਿਣਗੇ। ਇਹ ਨੈਕਸਟ ਕਲਰ ਆ, ਇਹਦੇ ਵਿੱਚ ਤੁਹਾਨੂੰ ਪਿੰਕ ਸ਼ੇਡ ਦੀ ਸਲਵਾਰ ਮਿਲ ਜਾਏਗੀ, ਠੀਕ ਹੈ। ਇਹਦੇ ਵਿੱਚ ਤੁਹਾਨੂੰ ਨਿਓਨ ਕਲਰ ਦੀ ਸਲਵਾਰ ਮਿਲ ਜਾਏਗੀ, ਇਹ ਸਲਵਾਰ ਹੈ ਜੀ।
ਇਹਦੇ ਵਿੱਚ ਲਾਈਟ ਸਕਾਈ ਜਿਹਾ ਸ਼ੇਡ ਆ, ਬਹੁਤ ਸੋਹਣਾ ਜਿਹਾ। ਠੀਕ ਹੈ, ਜਿਹੜੇ ਸ਼ੇਡ ਉੱਪਰ ਨਹੀਂ ਉਹ ਉਹਨਾਂ ਕਲਰਾਂ ਦੀ ਸਲਵਾਰਾਂ ਨੇ ਇਹਨਾਂ ਦੀਆਂ। ਰਾਮਟੈਕਸ ਬ੍ਰਾਂਡ ਦਾ ਸੂਟ ਆ ਜੀ, ਇਹ ਤੁਹਾਨੂੰ ਕਾਫੀ ਜ਼ਿਆਦਾ ਡਿਸਕਾਊਂਟ 'ਤੇ ਦੇ ਰਹੀ ਹਾਂ। ਵਿਦਆਊਟ ਲਾਈਨਿੰਗ ਸਟੱਫ ਵਰਕ ਕੀਤਾ ਹੋਇਆ ਸਾਰੀ ਸੂਟ 'ਤੇ, ਬਹੁਤ ਸੋਹਣਾ ਜਿਹਾ ਰਾਮਟੈਕਸ ਬ੍ਰਾਂਡ ਦਾ ਸੂਟ ਆ। ਪਿਓਰ ਦਾ ਦੁਪੱਟਾ ਇਹਦੇ ਨਾਲ, ਕਲਰ ਇਹ ਤੁਹਾਨੂੰ ਦੋ ਮਿਲ ਜਾਣਗੇ, ਬਲੈਕ ਅਤੇ ਗ੍ਰੀਨ, ਸੇਮ ਹੀ ਪ੍ਰਾਈਸ 'ਚ ਨੇ। ਨੈਕਸਟ ਇਹ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਏ ਇਹਦੇ ਨਾਲ, ਸੇਮ ਹੀ ਪ੍ਰਿੰਟ ਦੇ ਵਿੱਚ ਸੂਟ। ਇਹ ਸ਼ਰਟ ਆ ਜੀ, 2.5 ਮੀਟਰ ਦੀ ਸਲਵਾਰ ਆ, 2.5 ਮੀਟਰ ਦੀ ਸ਼ਰਟ ਆ, ਅਤੇ ਇਹ ਹੈਗਾ ਤਾਂ ਦੁਪੱਟਾ, ਪਿਓਰ ਕੋਟਨ ਦੇ ਉੱਪਰ ਆ ਸੂਟ ਇਹ। ਇਸੇ ਸਟਾਈਲ ਦੇ ਵਿੱਚ ਇੱਕ ਸੂਟ ਤੁਹਾਨੂੰ ਇਹ ਮਿਲ ਜਾਏਗਾ, ਇਹਦੀ ਵੀ ਨੈੱਕ 'ਤੇ ਇੱਦਾਂ ਵਰਕ ਹੈ, ਇਹ ਇੱਦਾਂ ਕਟਿੰਗ ਕੀਤੀ ਹੋਈ ਇਹਨਾਂ ਦੀ, ਪਿਓਰ ਦੇ ਦੁਪੱਟਿਆਂ ਦੇ ਨਾਲ ਇਹ ਵਾਲੇ ਸੂਟ ਨੇ। ਸੇਮ ਹੀ ਸਟਾਈਲ ਦੇ ਵਿੱਚ ਇੱਕ ਇਹ ਪਿਓਰ ਕੋਟਨ, ਨੈੱਕ ਦੇ ਉੱਪਰ ਬਹੁਤ ਪਿਆਰਾ ਵਰਕ ਹੈ, ਪਿਓਰ ਦਾ ਦੁਪੱਟਾ। ਇਹ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਨੇ, ਬਰੋਕਟ ਸਟਾਈਲ ਦੇ ਵਿੱਚ, ਕੋਟਨ ਦੇ ਵਿੱਚ। ਠੀਕ ਹੈ, ਇਹ ਸਲਵਾਰ ਆ ਗਈ ਜੀ, ਇਹ ਹੈਗੀ ਹੈ ਸ਼ਰਟ, ਸਾਰੇ ਫਰੰਟ 'ਚ ਬੀਟੀ ਆ, ਅਤੇ ਤੁਹਾਨੂੰ ਇਹਦੇ ਬੈਕ ਦੇ ਉੱਪਰ ਵੀ ਇੱਦਾਂ ਬਾਰਡਰ ਮਿਲ ਜਾਏਗਾ, ਫਰੰਟ ਅਤੇ ਬਾਜੂ ਅਲੱਗ ਤੋਂ ਨੇ, ਅਤੇ ਦੁਪੱਟਾ ਵੀ ਬਹੁਤ ਸੋਹਣਾ, ਸਟੱਫ ਵੀ ਬਹੁਤ ਪਿਆਰਾ। ਇਸ ਰੇਂਜ ਦੇ ਵਿੱਚ ਬਹੁਤ ਪਿਆਰਾ ਸੂਟ ਹੈ, 1500 ਦੇ ਵਿੱਚ। ਇਹਦਾ ਪ੍ਰਾਈਸ ਸੀਗਾ ਸੂਟ ਦਾ ਤਕਰੀਬਨ 2500-3000 ਦੇ ਵਿੱਚ ਸ਼ੁਰੂ 'ਚ। ਠੀਕ ਹੈ, ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਆਪਸ਼ਨ ਕਾਫੀ ਸਾਰੀ ਦੇ ਰਹੇ ਹਾਂ, ਸੇਮ ਹੀ ਪ੍ਰਿੰਟ ਰਹੇਗਾ, ਸੋਰੀ ਡਿਜ਼ਾਈਨ ਚੇਂਜ ਹੋ ਜਾਏਗਾ, ਸਟੱਫ ਸੇਮ ਰਹੇਗਾ ਜੀ, ਕਲਰ ਪੀਸ ਤਾਂ। ਅਤੇ ਇੱਕ ਤੁਹਾਨੂੰ ਮਿਲ ਜਾਏਗਾ ਇਹਦੇ ਨੈੱਕ ਦੇ ਉੱਪਰ ਵਰਕ ਹੈ, ਇਹ ਜਿਹੜਾ ਦੋਨੋਂ ਹੀ ਸੂਟ ਨੇ ਪਿਸਤਾ ਅਤੇ ਇਹ ਵਾਲਾ ਕਲਰ ਦਿਖਾਇਆ, ਇਹਨਾਂ ਦੋਨਾਂ ਦੇ ਇੱਦਾਂ ਨੈੱਕ ਵੀ ਬਹੁਤ ਪਿਆਰਾ ਬਣਿਆ ਹੋਇਆ, ਅਤੇ ਨੀਚੇ ਘੇਰਾ ਵੀ ਇਹਦਾ ਵੀ ਸੇਮ ਨੈੱਕ ਬਣਿਆ ਹੋਇਆ, ਸਟੱਫ ਬਹੁਤ ਸੋਹਣਾ। ਇਹ ਵੀ ਤੁਹਾਨੂੰ ਪਿਓਰ ਕੋਟਨ 'ਤੇ ਸੂਟ ਮਿਲੇਗਾ, ਪਿਓਰ ਕੋਟਨ, ਬਹੁਤ ਸੋਹਣਾ ਸਟੱਫ ਆ। ਇਹਦੇ ਨੀਚੇ ਲਾਈਨਿੰਗ ਦੀ ਨੀਡ ਹੈਗੀ ਹੈ, ਕਿਉਂਕਿ ਇਹਦੀ ਸ਼ਰਟ ਸੀ ਥਰੂ ਹੋਏਗੀ। ਪਿਓਰ ਦਾ ਦੁਪੱਟਾ ਇਹਦੇ ਨਾਲ ਵੀ ਬਹੁਤ ਸੋਹਣਾ ਦੁਪੱਟਾ ਹੈ, ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਮਿਲ ਜਾਣਗੇ, ਜਿੱਦਾਂ ਇਹ ਵਾਈਟ ਕਲਰ 'ਤੇ, ਆਫ ਵਾਈਟ ਕਲਰ ਦੇ ਉੱਪਰ ਘੇਰੇ 'ਤੇ ਔਰਗੈਂਜ਼ਾ ਲਗਾ ਕੇ ਬਹੁਤ ਸੋਹਣਾ ਬਣਿਆ ਹੋਇਆ। ਇਹ ਸਲਵਾਰ ਹੈ ਇਹਦੇ ਨਾਲ, ਅਤੇ ਇਹ ਹੈਗਾ ਦੁਪੱਟਾ ਇਹਦਾ, ਸੇਮ ਹੀ ਡਿਜ਼ਾਈਨ 'ਚ ਇੱਕ ਵਾਰ ਤੁਹਾਨੂੰ ਇਹ ਵਾਲਾ ਕਲਰ ਮਿਲ ਜਾਏਗਾ, ਸਟਾਈਲ ਬਹੁਤ ਸੋਹਣਾ ਸੂਟ ਦਾ, ਸਟੱਫ ਬਹੁਤ ਸੋਹਣਾ। ਇਹ ਹੈਗਾ ਜੀ, ਇਹਦੇ ਨਾਲ ਪਿਓਰ ਦੇ ਦੁਪੱਟੇ ਨੇ ਇਹਨਾਂ ਦੇ ਨਾਲ। ਇਹ ਹੈਗਾ ਕੇਸਰ ਕਰਾਚੀ ਬ੍ਰਾਂਡ ਦਾ ਸੂਟ, ਬਲੈਕ ਸ਼ੇਡ ਦੇ ਉੱਪਰ ਅਸੀਂ ਤੁਹਾਨੂੰ ਕਾਫੀ ਸਾਰੇ ਸੂਟ ਦਿਖਾ ਦਾਂਗੇ। ਇਹ ਹੈਗਾ ਜੀ ਸਲਵਾਰ ਬਲੈਕ ਕਲਰ ਦੇ ਉੱਪਰ, ਫਰੰਟ ਤੁਸੀਂ ਦੇਖ ਲਓ, ਮਿਲਕੀ ਜਿਹਾ ਸ਼ੇਡ ਆ, ਬਹੁਤ ਸੋਹਣਾ।
ਇੱਥੇ ਬਣੇਗਾ ਆਪਣਾ ਫਰੰਟ ਦੇ ਵਿੱਚ ਨੈਕ, ਸਾਈਡ 'ਤੇ ਬਾਜੂ ਆ ਗਈਆਂ, ਇੱਦਾਂ ਹੀ ਬੈਕ ਰਹੇਗੀ ਅਤੇ ਪਿਓਰ ਦਾ ਦੁਪੱਟਾ ਇਹਦੇ ਨਾਲ ਵੀ। ਇਹ ਹੈਗਾ ਜੀ ਇਹਦਾ ਦੁਪੱਟਾ, ਬਹੁਤ ਸੋਹਣਾ। ਸਾਈਡ 'ਤੇ ਤੁਹਾਨੂੰ ਇੱਕ ਬਾਰਡਰ ਪੱਟੀ ਮਿਲ ਜਾਏਗੀ ਔਰਗੈਂਜ਼ਾ ਦੀ ਵਰਕ ਵਾਲੀ, ਅਤੇ ਇਹ ਤੁਹਾਨੂੰ ਤੁਸੀਂ ਆਪਣੇ ਅਕੋਰਡਿੰਗ ਐਡਜਸਟ ਕਰ ਸਕਦੇ ਇਹਨੂੰ ਬਾਜੂ 'ਤੇ। ਅਤੇ ਬਾਕੀ ਹੁਣ ਇਹ ਡਿਜ਼ਾਈਨ ਬਹੁਤ ਸੋਹਣਾ, ਬਹੁਤ ਪਿਆਰਾ ਡਿਜ਼ਾਇਨ ਹੈ। ਤੁਹਾਨੂੰ ਫੋਟੋ 'ਚ ਦਿਖਾਉਂਦੀ ਹੈ ਇਹਦੀ ਲੁੱਕ ਬਣੇ ਹੋਏ ਦੇ, ਕੁਛ ਇੱਦਾਂ ਦੀ ਆਉਂਦੀ ਆ। ਠੀਕ ਹੈ ਜੀ, ਇਹ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ। ਉਹ ਵੀ ਸੂਟ ਜਿਹੜਾ ਪਹਿਲਾਂ ਦਿਖਾਇਆ ਸੀ ਸੈਂਟਰ ਬੇਲ ਵਾਲਾ, ਦੇਖੋ ਇਹ ਵਾਲਾ ਸੂਟ ਆ, ਅਤੇ ਇੱਕ ਜਿਹੜਾ ਹੁਣ ਪਹਿਲਾਂ ਦਿਖਾਏ ਵੀ ਦੋ ਦੋ ਸੂਟ ਹੈਗੇ ਨੇ ਸੇਮ ਦੇ ਵਿੱਚ। ਪਿਓਰ ਮਸਲੀਨ ਦੇ ਉੱਪਰ ਸੂਟ ਆ, ਪਿਓਰ ਮਸਲੀਨ ਦੇ ਉੱਪਰ। ਮਸਲੀਨ ਦੇ ਉੱਪਰ ਹੈ ਜੀ ਸੂਟ, ਮਸਲੀਨ ਦੀ ਹੈਗੀ ਆ ਸ਼ਰਟ, ਬਹੁਤ ਸੋਹਣਾ ਸੂਟ ਹੈ ਵੀ। ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ, ਦੋਨੋਂ ਹੀ ਕਲਰ ਪਿਆਰੇ ਆ। ਇਹ ਸੂਟ ਵੀ ਤੁਹਾਨੂੰ ਰਿਓਨ ਸਟਾਈਲ 'ਚ ਮਿਲ ਜਾਏਗਾ, ਬਹੁਤ ਸੋਹਣਾ ਸੂਟ ਆ, 2000 ਦੀ ਰੇਂਜ ਵਾਲਾ ਸੂਟ ਹੈ, ਸਟੱਫ ਬਹੁਤ ਜ਼ਿਆਦਾ ਫਾਈਨ ਆ। ਠੀਕ ਹੈ, ਇਹ ਤੁਹਾਨੂੰ ਦੇਵਾਂਗੇ ਜੀ 1500 ਦੇ ਵਿੱਚ। ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਮਸਲੀਨ ਦਾ। ਨੈਕ ਦੇ ਉੱਪਰ ਸਾਰਾ ਹੀ ਹੈਂਡ ਵਰਕ ਆ ਜਾਏਗਾ, ਮਸਲੀਨ ਦਾ ਸੂਟ ਹੈ ਇਹ। ਘੇਰਾ ਬਹੁਤ ਸੋਹਣਾ ਬਣਿਆ ਹੋਇਆ, ਪਲੇਨ ਸਲਵਾਰ ਇਹਦੇ ਨਾਲ, ਅਤੇ ਪਿਓਰ ਦਾ ਵਰਕ ਵਾਲਾ ਦੁਪੱਟਾ ਮਿਲੂਗਾ ਜੀ। ਪਿਓਰ ਕੋਟਨ ਦਾ ਸੂਟ ਆ, ਪ੍ਰਿੰਟ ਦੇਖੋ ਕਿੰਨਾ ਸੋਹਣਾ, ਜਿੱਦਾਂ ਘੇਰਾ ਬਣਿਆ ਹੋਇਆ ਉੱਦਾਂ ਹੀ ਇਹਦੀ ਬਾਜੂ ਬਣੀਆਂ ਹੋਈਆਂ, ਇੱਦਾਂ ਹੀ ਬੈਕ ਦਾ ਬਣਿਆ ਹੋਇਆ ਇਹਦਾ ਘੇਰਾ। ਪਲੇਨ ਸਲਵਾਰ ਆ ਅਤੇ ਮਸਲੀਨ ਦਾ ਦੁਪੱਟਾ, ਵਿਦਾਊਟ ਲਾਈਨਿੰਗ ਸੂਟ ਬਣੇਗਾ, ਕਲਰਫੁੱਲ ਜਿਹਾ ਬਹੁਤ ਸੋਹਣਾ ਦੁਪੱਟਾ ਇਹਦਾ। ਇਹਦੀ ਫੋਟੋ ਹੈਗੀ ਆ ਜੀ ਸੂਟ ਦੀ, ਜਿਹਦੀ ਫੋਟੋ ਹੁੰਦੀ ਹੈ ਇੱਦਾਂ ਹੁੰਦਾ ਕਿ ਚਲੋ ਫੋਟੋ ਦੇ ਨਾਲ ਦਿਖਾ ਦਈਏ, ਇੱਕ ਤਾਂ ਵੀਡੀਓ ਜਲਦੀ ਕੰਪਲੀਟ ਹੋ ਜਾਏਗੀ ਅਤੇ ਇੱਕ ਫੋਟੋ 'ਚ ਚੰਗੀ ਤਰ੍ਹਾਂ ਸਮਝ ਆ ਜਾਂਦਾ ਜੀ। ਇਹ ਹੈਗਾ ਜੀ ਬਲੌਕ ਪੇਂਟਿੰਗ ਦੇ ਉੱਪਰ, ਨੈਕ ਦੇ ਉੱਪਰ ਥਰੈਡ ਵਰਕ ਹੋਇਆ ਵਾ ਬਹੁਤ ਪਿਆਰਾ ਜਿਹਾ, ਅਤੇ ਬਾਕੀ ਸਾਰੀ ਇਹ ਬਲੌਕ ਪੇਂਟਿੰਗ ਹੋਈ ਵੀ ਆ ਸੂਟ ਦੇ ਵਿੱਚ, ਬਹੁਤ ਪਿਆਰਾ ਸੂਟ ਆ। ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ, ਠੀਕ ਹੈ ਜੀ, ਇਹਦੇ ਨਾਲ ਪਿਓਰ ਦਾ ਦੁਪੱਟਾ, ਮਸਲੀਨ ਦਾ ਨਹੀਂ ਹੈਗਾ, ਪਿਓਰ ਦਾ ਦੁਪੱਟਾ ਇਸ ਸੂਟ ਦੇ ਨਾਲ। ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ, ਇਸ 'ਤੇ ਵੀ ਬਲੌਕ ਪੇਂਟਿੰਗ ਹੋਈ ਵੀ ਆ ਸਾਰੇ ਦੁਪੱਟੇ 'ਤੇ। ਠੀਕ ਹੈ, ਪਿਓਰ ਦੁਪੱਟੇ ਨਾਲ ਹੈ, ਕਲਰ ਦੇਖ ਲਓ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਏਗੀ, ਸੇਮ ਹੀ ਪਰਪਲ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ। ਕੁਛ ਇੱਦਾਂ ਦੀ ਲੁੱਕ ਹੈ ਜੀ ਇਹਨਾਂ ਸੂਟਾਂ ਦੀ ਬਲੌਕ ਪੇਂਟਿੰਗ ਦੇ ਨਾਲ। ਪ੍ਰਾਈਸ ਅੱਜ ਦੀ ਵੀਡੀਓ ਦਾ ਇੱਕੋ ਹੀ ਆ, ਇਹ ਤੁਹਾਨੂੰ ਪਹਿਲਾਂ ਦਿਖਾਏ ਸੀਗੇ ਸੂਟ, ਉਹਨਾਂ ਦਾ ਇੱਕ ਕਲਰ ਰਹਿ ਗਿਆ ਸੀ, ਨੈਕ ਦੇ ਨਾਲ ਘੇਰਾ ਬਣਿਆ ਹੋਇਆ, 1500 ਹੈਗਾ ਪ੍ਰਾਈਸ।
ਇਹ ਵੀ ਜਿਹੜਾ ਹੁਣੇ ਸੂਟ ਦਿਖਾਇਆ ਉਹਦੇ ਵਿੱਚ ਹੀ ਆ, ਸਕਿਨ ਕਲਰ 'ਚ ਕੋਟਨ ਦੀਆਂ ਸਲਵਾਰਾਂ ਇਹਨਾਂ ਦੇ ਨਾਲ। ਬਹੁਤ ਪਿਆਰਾ ਸੂਟ ਹੈ, ਸਟੱਫ ਵੀ ਕਾਫੀ ਅੱਛਾ। ਸਾਰੇ ਸੂਟ 'ਚ ਬੂਟੀ ਰਹੇਗੀ, ਘੇਰਾ ਬਣਿਆ ਹੋਇਆ, ਦੁਪੱਟਾ ਵੀ ਬਹੁਤ ਸੋਹਣਾ, ਸੋਨਾ ਚਾਂਦੀ ਦੇ ਵਿੱਚ ਸੂਟ ਹੈ ਜੀ ਇਹ। ਹਾਂਜੀ, ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਏਗੀ। ਜੋ ਵੀ ਸੂਟ ਅੱਜ ਦੀ ਵੀਡੀਓ 'ਚ ਪਸੰਦ ਆ, ਸਕਰੀਨਸ਼ੋਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ। ਕਮੈਂਟ ਕਰਕੇ ਜ਼ਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ। ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ।